ਬੇਸ਼ੱਕ ਪੰਜਾਬ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2017 'ਚ ਅਕਾਲੀ ਭਾਜਪਾ ਦੇ ਇਕੱਠੇ ਲੜਨ ਦਾ ਐਲਾਨ ਹਾਈ ਕਮਾਨ ਨੇ ਕਰ ਦਿੱਤਾ, ਪਰ ਬਾਵਜੂਦ ਇਸ ਦੇ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਮਨਮੁਟਾਵ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ। ਬਟਾਲਾ ਸੀਟ 'ਤੇ ਉਮੀਦਵਾਰ ਐਲਾਨੇ ਜਾਣ ਦੀ ਖਿੱਚੋਤਾਣ ਦੋਹੇ ਪਾਰਟੀਆਂ ਦੇ ਵਿੱਚ ਕਿਸ ਤਰ੍ਹਾਂ ਸ਼ੁਰੂ ਹੋਈ, ਦੇਖੋ ਇਹ ਰਿਪੋਰਟ। ਅਕਾਲੀ ਭਾਜਪਾ ਦਾ ਘਿਓ ਖਿਚੜੀ ਵਰਗਾ ਰਿਸ਼ਤਾ, ਬੇਸ਼ੱਕ ਕਈ ਵਾਰ ਦੋਹਾਂ ਦੇ ਵਿਚਾਲੇ ਦਰਾਰਾਂ ਪੈਣ ਦੀਆਂ ਖਬਰਾਂ ਨੂੰ ਝੁਠਲਾ ਚੁੱਕਾ ਹੈ, ਪਰ ਇਸ ਘਿਓ ਖਿਚੜੀ ਗੜਚੋੜ ਦੀ ਇੱਕ ਵਾਰ ਫਿਰ ਤੋਂ ਪੋਲ ਖੋਲ ਦਿੱਤੀ ਹੈ ਬਟਾਲਾ ਸੀਟ ਨੇ। ਜੀ ਹਾਂ, ਬਟਾਲਾ ਸੀਟ ਲਈ ਇਹ ਖਿੱਚੋਤਾਣ ਸ਼ੁਰੂ ਹੋ ਗਈ ਹੈ ਕਿ 2017 ਚੋਣਾਂ ਲਈ ਬਟਾਲਾ ਹਲਕੇ ਤੋਂ ਉਮੀਦਵਾਰ ਬੀਜੇਪੀ ਦਾ ਹੋਵੇਗਾ, ਪਰ ਅਕਾਲੀ ਦਲ ਆਪਣੇ ਉਮੀਦਵਾਰ ਨੂੰ ਉਤਾਰਨ ਦੀ ਜ਼ਿੱਦ ਤੇ ਅੜ ਗਈ ਹੈ। ਫਿਲਹਾਲ ਦੱਸ ਦਈਏ ਕਿ ਇਸ ਸੀਟ ਤੇ ਕਾਂਗਰਸ ਤੇ ਭਾਜਪਾ ਦਾ ਮੁੱਖ ਮੁਕਾਬਲਾ ਹੁੰਦਾ ਰਿਹਾ ਹੈ ਅਤੇ ਭਾਜਪਾ ਦੇ ਸੀਨੀਅਰ ਨੇਤਾ ਜਗਦੀਸ਼ ਰਾਜ ਸਾਹਨੀ ਕਈ ਵਾਰ ਵਿਧਾਇਕ ਦੇ ਤੌਰ ਤੇ ਇਸ ਸੀਟ ਤੋਂ ਜਿੱਤ ਹਾਸਲ ਕਰ ਚੁੱਕੇ ਨੇ। ਵਿਧਾਨ ਸਭਾ ਚੋਣਾਂ 2012 'ਚ ਬਟਾਲਾ ਦੀ ਇਹ ਸੀਟ ਭਾਜਪਾ ਦੇ ਖਾਤੇ ਤੋਂ ਅਕਾਲੀ ਦਲ ਦੀ ਝੋਲੀ ਪੈ ਗਈ ਤੇ ਲਖਵੀਰ ਸਿੰਘ ਲੋਧੀ ਨੰਗਲ ਉਮੀਦਵਾਰ ਸੀ। ਭਾਜਪਾ ਦੇ ਸਥਾਨਕ ਨੇਤਾਵਾਂ ਦੇ ਵਿਰੋਧ ਦੇ ਕਾਰਨ ਲੋਧੀ ਨੰਗਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਦੋਂ ਤੋਂ ਹੀ ਭਾਜਪਾ ਇਸ ਸੀਟ ਦਾ ਉਮੀਦਵਾਰ ਬਦਲਣ ਦੀ ਮੰਗ ਤੇ ਅੜ ਗਈ ਹੈ, ਜਦਕਿ ਅਕਾਲੀ ਦਲ ਇਸ ਦੇ ਖਿਲਾਫ ਹੈ। ਮੈਂ ਸਮਝਦਾ ਵੀ ਅਕਾਲੀ ਦਲ ਦੀ ਔਰ ਭਾਜਪਾ ਦੀ ਜੋ ਉੱਪਰਲੀ ਲੀਡਰਸ਼ਿਪ ਦਾ ਕੀ ਫੈਸਲਾ ਉਹਦੇ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦਾ, ਮਗਰ ਬਟਾਲੇ ਦੀ ਸੀਟ ਦੇ ਉੱਤੇ ਅਜੇ ਉਹ ਨਵੇਂ ਨਵੇਂ ਅਕਾਲੀ ਦਲ ਦੇ ਕੋਈ ਨੇਤਾ ਬਣੇ ਨੇ, ਉਹਨਾਂ ਦਾ ਸਟੇਟਮੈਂਟ ਜ਼ਰੂਰ ਆਈ ਹੈ ਵੀ ਬਟਾਲੇ ਦੀ ਸੀਟ ਦਾ ਕੋਈ ਫੈਸਲਾ ਹੋ ਗਿਆ। ਬਟਾਲੇ ਦੀ ਸੀਟ ਦਾ ਫੈਸਲਾ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਔਰ ਕੇਂਦਰੀ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਤੈਅ ਕਰੇਗੀ। ਉਹ ਸੀਟ ਭਾਰਤੀ ਜਨਤਾ ਪਾਰਟੀ ਦੀ ਹੈ ਬਟਾਲਾ, ਔਰ ਭਾਰਤੀ ਜਨਤਾ ਪਾਰਟੀ ਬਟਾਲਾ ਦੀ ਮੰਗ ਹੈ ਵੀ ਭਾਰਤੀ ਜਨਤਾ ਪਾਰਟੀ ਬਟਾਲਾ ਬੀਜੇਪੀ ਦੀ ਸੀਟ ਇੱਥੋਂ ਲੜੇਗਾ ਔਰ ਜੋ ਫੈਸਲਾ ਆਏਗਾ ਉਹਦਾ ਪਾਰਟੀ ਵਰਕ ਕਾਰਜਕਰਤਾ ਦੇ ਤੌਰ ਤੇ ਪ੍ਰਧਾਨ ਦੇ ਤੌਰ ਤੇ ਅਸੀਂ ਸਵਾਗਤ ਕਰਾਂਗੇ। ਉਧਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਭਾਸ਼ ਓਹਰੀ ਦਾ ਕਹਿਣਾ ਹੈ ਕਿ ਭਾਜਪਾ ਤੋਂ ਲੋਕ ਨਾਰਾਜ਼ ਨੇ, ਇਸ ਲਈ ਭਾਜਪਾ ਹਾਈ ਕਮਾਨ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਤੇ ਸੀਟ ਅਕਾਲੀ ਦਲ ਦੇ ਖਾਤੇ 'ਚ ਹੀ ਆਏਗੀ। ਤਾਂ ਕਮੇਟੀ ਦੇ ਇਲੈਕਸ਼ਨ ਅਕਾਲੀ ਦਲ ਜਿੱਤਿਆ ਜੀ, ਇਹ ਬੀਜੇਪੀ ਦੀ ਇਹਨਾਂ ਦੀ ਖੁਦ ਦੀ ਇੰਨੀ ਗਰੁੱਪ ਬਾਜੀ ਹੈ। ਲੋਕ ਬਟਾਲੇ ਦੇ ਬੀਜੇਪੀ ਤੋਂ ਬਹੁਤ ਜ਼ਿਆਦਾ ਨਾਰਾਜ਼ ਨੇ ਲੋਕ, ਕਿਉਂ ਇਹ ਕਾਂਗਰਸ ਤੋਂ ਬਹੁਤ ਜ਼ਿਆਦਾ ਲੋਕ ਨਾਰਾਜ਼ ਨੇ, ਬੀਜੇਪੀ ਤੋਂ ਬਹੁਤ ਲੋਕ ਨਾਰਾਜ਼। ਜਿਸ ਤਰ੍ਹਾਂ ਇਹਨਾਂ ਨੇ ਭਾਈਵਾਲੀ ਕੀਤੀ ਹੈ ਖਾਣ ਪੀਣ ਵਾਸਤੇ, ਭਾਈਵਾਲੀ ਕੀਤੀ ਇਹਨਾਂ ਨੇ, ਕਦੀ ਕਾਂਗਰਸ ਬੀਜੇਪੀ ਦੀ ਕਦੀ ਭਾਈਵਾਲੀ ਹੋ ਸਕਦੀ ਹੈ ਜੀ? ਕਦੀ ਵੀ ਨਹੀਂ ਹੋ ਸਕਦੀ। ਇਹਨਾਂ ਨੇ ਇੱਕ ਅਲੱਗ ਹੀ ਉਦਾਹਰਨ ਪੇਸ਼ ਕਰ ਦਿੱਤੀ ਹੈ ਜੀ, ਇਹਨਾਂ ਨੇ ਸਿਰਫ ਕਮੇਟੀ ਨੂੰ ਖਾ ਲਈਏ ਬਸ ਆਪਾਂ, ਸਿਰਫ ਕਾਂਗਰਸ ਇਹਨਾਂ ਨੇ ਇਹਨਾਂ ਨੂੰ ਸਪੋਰਟ ਨਹੀਂ ਉਹਨੇ ਕੀਤੀ ਬਲਕਿ ਭਾਈਵਾਲੀ ਕੀਤੀ। ਜਿਹੜਾ ਪ੍ਰਧਾਨ ਆ ਉਹ ਨਰੇਸ਼ ਮਹਾਜਨ ਬੀਜੇਪੀ ਦਾ ਬਣਿਆ, ਹਾਂਜੀ ਵਾਈਸ ਪ੍ਰਧਾਨ ਇਹਨਾਂ ਨੇ ਕਾਂਗਰਸ ਦਾ ਬਣਾ ਤਾ ਕਲਸੀ ਨੂੰ, ਖਾਣ ਪੀਣ ਵਾਸਤੇ ਇਹਨਾਂ ਨੇ ਸਾਰਾ ਕੀਤਾ ਜੀ। ਇਹਨਾਂ ਇਸ ਲੋਕ ਵਰਕਰ ਜਿਹੜਾ ਇਹਨਾਂ ਦੋਨਾਂ ਪਾਰਟੀਆਂ ਤੋਂ ਬਹੁਤ ਜ਼ਿਆਦਾ ਨਾਰਾਜ਼ ਹੈਗਾ, ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਉੱਪਰ ਹਾਈ ਲੈਵਲ ਤੇ ਸਾਰਿਆਂ ਨੂੰ ਉਹਨਾਂ ਦਾ ਪਤਾ ਇਹਨਾਂ ਦੀ ਕਰਤੂਤ, ਇਹਨਾਂ ਨੇ ਕੀ ਕਰਤੂਤ ਕਰਦੇ ਪਏ ਆ, ਕਿੱਥੋਂ ਹਲਕਾ ਚੇਂਜ ਕਰ ਦੇਣਗੇ ਜੀ ਉਹ। ਫਿਲਹਾਲ ਸੁਖਬੀਰ ਬਾਦਲ ਬੇਸ਼ੱਕ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਜਿੰਨਾ ਮਰਜ਼ੀ ਦੋਹਾਂ ਪਾਰਟੀਆਂ 'ਚ ਗੜਚੋੜ ਨਾਲ ਹੀ ਚੋਣਾਂ ਲੜਨ ਦੇ ਦਾਅਵੇ ਕਰ ਰਹੇ ਨੇ, ਪਰ 2017 ਚੋਣਾਂ ਲਈ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਲੈ ਕੇ ਹੋ ਰਹੀ ਇਹ ਖਿੱਚੋਤਾਣ ਨੇ ਇੱਕ ਵਾਰ ਫਿਰ ਤੋਂ ਅਕਾਲੀ ਭਾਜਪਾ ਘਿਓ ਖਿਚੜੀ ਰਿਸ਼ਤੇ 'ਚ ਦਰਾਰ ਪੈਣ ਦੇ ਸੰਕੇਤ ਦੇ ਦਿੱਤੇ ਨੇ। ਨਿਊਜ਼ 6 ਤੋਂ ਸ਼ਹਿਰੀ ਕੌਰਬਾ ਦੇ ਨਾਲ ਗੁਰਪ੍ਰੀਤ ਸਿੰਘ, ਗਲੋਬਲ ਪੰਜਾਬ ਟੀਵੀ, ਗੁਰਦਾਸਪੁਰ।